वेलकम टू खन्ना न्यूज लाइव। किसान विरोधी आर्डिनेंसा खिलाफ सीपीएम कुल हिंद किसान खेत यूनियन अते कुल हिंद किसान सभा वालों प्रधानमंत्री दे नां एसडीएम वालों मेमोरेंडम दिता गया। इस मौके किसान आगू रजिंदर सिंह चीमा ने किसान अते मजदूर विरोधी आर्डिनेंसा अते बिजली बिल 2020 वापस लैण दी मांग कीती। ਕਈ ਅਤੇ ਸਾਥੀ ਗੁਰਦੀਪ ਹੋਲ ਸਾਰੇ ਹੀ ਕਿਸਾਨਾਂ ਦੇ ਜਥੇਬੰਦੀਆਂ ਦੇ ਨੁਮਾਇੰਦੇ ਤਸਵੀਰ ਪੱਧਰ ਦੇ ਅੱਜ ਜੋ ਫੈਸਲਾ ਕੀਤਾ ਸੀ ਉਹਨਾਂ ਨੇ ਕਿਸਾਨ ਸਭਾ ਨੇ ਬਈ ਜੋ ਮੰਡੀ ਬੋਰਡ ਤੋੜ ਰਹੇ ਆ ਜਿਹਦੇ ਨਾਲ ਮਜ਼ਦੂਰ ਕਿਸਾਨ ਮੁਲਾਜ਼ਮਾਂ 'ਤੇ ਵੀ ਬਹੁਤ ਅਸਰ ਪੈਣਾ ਜਦਕਿ ਇਹ ਬਿੱਲ ਪਾਸ ਕਰਨ ਜਾ ਰਹੇ ਆ। ਅਸੀਂ ਪਹਿਲਾਂ ਵੀ ਰਾਜ ਦੇ ਮੈਦਾਨ 'ਚ ਸ਼ਾਂਤੀਮਈ ਢੰਗ ਦੇ ਨਾਲ ਜਿਵੇਂ ਕਿ ਪਹਿਲਾਂ ਖੁਸ਼ ਸਿੱਧੀ ਮੋਰਚਾ ਲੜਿਆ ਜਦ ਵੀ ਉਹ ਪੈਰੋਂ ਕਹਿੰਦਾ ਸੀ ਅਤੇ ਮੈਂ ਲੋਹੇ ਦਾ ਡੰਡਾ ਹੁਣ ਵੀ ਇਹ ਜੋ ਕਾਰਪੋਰੇਟ ਘਰਾਣਿਆਂ ਨੂੰ ਮਦਦ ਦੇ ਰਹੀ ਆ ਸਰਕਾਰ ਮਜ਼ਦੂਰਾਂ ਕਿਸਾਨਾਂ ਨੂੰ ਜੋ ਮਾੜੀ ਮੋਟੀ ਸਬਸਿਡੀ ਮਿਲ ਰਹੀ ਆ ਉਹ ਚੱਕ ਰਹੀ ਆ ਮੰਡੀ ਖੁੱਲ੍ਹੀ ਬਣਾ ਰਹੀ ਆ ਵੱਡੇ ਵੱਡੇ ਕਾਰਪੋਰੇਟ ਘਰਾਣੇ ਵਪਾਰੀਆਂ ਨੂੰ ਕਿਉਂ ਇਹ ਵਪਾਰੀ ਪੱਖੀ ਸਰਕਾਰ ਆ ਜਿਹੜੀਆਂ ਕਿਸਾਨ ਪੰਜਾਬ ਦੇ ਵਿੱਚ ਅਕਾਲੀ ਦਲ ਸੀ ਜਿਹੜਾ ਕਹਿੰਦਾ ਸੀ ਮੈਂ ਕਿਸਾਨਾਂ ਨੂੰ ਬਚਾਊਂਗਾ ਅੱਜ ਉਹ ਇਹਨਾਂ ਦੇ ਨਾਲ ਮਿਲਿਆ ਹੋਇਆ ਅੱਜ ਆਵਾਮ ਵੀ ਸਾਰੇ ਕਿਸਾਨ ਮਜ਼ਦੂਰ ਮੁਲਾਜ਼ਮ ਸੜਕਾਂ 'ਤੇ ਰੋਸ ਮੁਜ਼ਾਹਰਾ ਕਰਦੇ ਆ ਉਸ ਦੇ ਤਹਿਤ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਕੋਈ ਮਜ਼ਦੂਰਾਂ ਦੀਆਂ ਵੀ ਮੰਗਾਂ ਨੇ ਜੋ ਮੈਂ ਨਰੇਗਾ ਦੇ ਵਿੱਚ ਕੰਮ ਆ ਮਜ਼ਦੂਰਾਂ ਤੋਂ ਕੰਮ ਛੁੱਟ ਰਿਹਾ ਇੱਕ ਕਰੋਨਾ ਦਾ ਅਸਰ ਪਾ ਰਿਹਾ ਇਸ ਲਈ ਅੱਜ ਐਸਡੀਐਮ ਰਾਹੀਂ ਅਸੀਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਮੰਗ ਪੱਤਰ ਦਿੱਤੇ ਆ ਜਿਹੜੇ ਗਾਹਾਂ ਪਹੁੰਚਣਗੇ ਅਤੇ ਅਸੀਂ ਲੜਾਈ ਦੇ ਮੈਦਾਨ 'ਚ ਆ ਅਤੇ ਲੜਾਈ ਦੇ ਮੈਦਾਨ 'ਚ ਹਮੇਸ਼ਾ ਰਹਾਂਗੇ। ਕੁੱਲ ਹਿੰਦ ਕਿਸਾਨ ਸਭਾ ਜਿੰਦਾਬਾਦ।